मेरे पिछे वेख रहे हो ना ये कोट मेर सिंह जी सैरगाह का जिहड़ा ना प्रवेश द्वार आ ते ये किस सरकार ने नहीं बनाया ते ये संत बाबा कश्मीर सिंह जी भूरी वाले की जड़ी है ना वो देन अहीं सारे उन्होंने ऋणी हाँ ते इहो जी सैरगाह मेरे नहीं ख्याल कोई पंजाब च होवे दोवें पासे बड़े सोहणे दरख्त लगे आ विच पास बनाया चलन लई एक पासे कीर्तन चलदा वा दरबार साहब तो लाइव तो दूजे पासे लाइटां लगियां तो बहुत शानदार तरीके नाल उन्होंने मेनटेन किया नहर के कंढे अपर दुआब बाई नहर जड़ी ना वो कंढे कंढे तो जड़ी ना 2 किलोमीटर बनाई बाबिया ने तो अं तो रिनी मैं ये तुम सारी अगे जाके ना पूरी की पूरी जी विखाने की कोशिश कराँगा तो जरा भी वीर इतने कोई आंदा ना अंबरसर जो कोई ठहरदा तो सैरगाह ने जरूर वेखे वीर बहुत वधिया सैरगाह पंजाब की मेरा ख्याल सारे नालों बेस्ट सैरगाह वा लागे पानी चलता तो दोवें पासे दरख्त आ बहुत वधिया जगह मैं तुम्हें सारी दिखाना सैरगाह ना गुरुद्वारा शहीदगंज तो जो अं तरन तारण साहब में जाने ना तो कोट मेर सिंह का चौंक आ है ना जरा अंडरपास के थले आ मतलब उत्ते जरा पुल जाता वो नहीं तो वो दे आ खब्बे हाथ अपर दुआब बाई बाई नहर जड़ी है ना तो वो दे नाल नाल बनी आ इतों लगभग शुरू हो जाता अगे है ना सैरगाह जड़ी हैगी है ना बनी कोट मेर सिंह ਉਹਦੇ ਲਾਗੇ ਆ ਇਹ ਹੋਟ ਸਿਪ ਜਿਹੜੀ ਹੈ ਨਾ ਬਣੀ ਆ ਬਾਬੇ ਨੇ ਬਹੁਤ ਵਧੀਆ ਜਗ੍ਹਾ ਬਣਾ ਕੇ ਨਾ ਕੌਫੀ ਵਗੈਰਾ ਅਤੇ ਵੀਰਕੇ ਵਾਲਿਆਂ ਦਾ ਹੈਗਾ ਜੇ ਬੂਥ ਲੱਗਾ ਅਤੇ ਆਹ ਲਾਗੇ ਨਹਿਰ ਚੱਲਣ ਦੀ ਜੇ ਹਾਂਜੀ ਅਤੇ ਰਾਤ ਦੇ ਟਾਈਮ ਪੂਰਾ ਐਨ ਨਜ਼ਾਰਾ ਬਣਿਆ ਹੋਇਆ ਵਾ ਅਤੇ ਇੱਧਰ ਸਾਡੇ ਜਿਹੜੇ ਆ ਸੈਰ ਕਰਨ ਵਾਲੀ ਜਿਹੜੀ ਨਾ ਸ਼ੁਰੂ ਹੋ ਜਾਂਦੀ ਆ ਨਾਲ ਨਾਲ ਆ ਸੜਕ ਚੱਲ ਰਹੀ ਆ ਉੱਤੇ ਆ ਸਾਡੇ ਪੁਲ ਹੈਗਾ ਕਹਿੰਦੀ ਇੱਥੋਂ ਸੈਰਗਾਹ ਸ਼ੁਰੂ ਹੁੰਦੀ ਜੇ ਜੀ ਸਾਡੀ ਆਹ ਵੇਖ ਲਓ ਆਹ ਬਾਬਿਆਂ ਨੇ ਗੇਟ ਬਣਾਇਆ ਸੀ ਠੀਕ 2 ਕਿਲੋਮੀਟਰ 'ਤੇ ਜਾ ਕੇ ਨਾ ਫਿਰ ਇਹੋ ਜਿਹਾ ਇੱਕ ਗੇਟ ਬਣਿਆ ਅਤੇ ਲਗਭਗ ਬਣ ਚੱਲਿਆ ਸੇਮ ਸ਼ੇਪ ਦਾ ਉੱਥੇ ਬਣਾਇਆ ਪੂਰਾ 2 ਕਿਲੋਮੀਟਰ ਇੱਥੋਂ ਹੈਗਾ ਕਿ ਸੁਲਤਾਨਵਿੰਡ ਪਿੰਡ ਤੱਕ ਜਿਹੜੀ ਹੈ ਨਾ ਉਹ ਜਿਹੜਾ ਅਗਲਾ ਪੁਲ ਆ ਉਹਦੇ ਤੱਕਰ ਪਹੁੰਚ ਗਈ ਅੱਗੇ ਤਾਰਾਂ ਵਾਲੇ ਪੁਲ ਤੱਕਰ ਇਹਨਾਂ ਨੇ ਜਾਣਾ ਆ ਦੋਵੇਂ ਪਾਸੇ ਜਿਹੜਾ ਇੱਕ ਪਾਸੇ ਤਾਂ ਲਾਈਟਾਂ ਵਾ ਦੂਜੇ ਪਾਸੇ ਸਪੀਕਰ ਹੈਗੇ ਆ ਲਾਈਵ ਜਿਹੜੀ ਗੁਰਬਾਣੀ ਨਾ ਇੱਥੋਂ ਟੈਲੀਕਾਸਟ ਹੁੰਦੀ ਆ ਅਤੇ ਬਹੁਤ ਵਧੀਆ ਹੁਣ 8:30 ਵਜੇ ਰਾਤ ਦੇ ਭਾਵੇਂ 10 ਵਜੇ ਆ ਕੇ ਇੱਥੇ ਸੈਰ ਕਰ ਲਓ ਅਤੇ ਪਹਿਲਾਂ ਤਾਂ ਕਿਤੇ ਇੱਥੇ ਆਉਣਾ ਕਿਤੇ ਮਤਲਬ ਉਜਾੜ ਹੀ ਬਿਲਕੁਲ ਜਿਹਨੂੰ ਕਹਿੰਦੇ ਅਤੇ ਆਹ ਨਾਲ ਨਾਲ ਸੜਕਾਂ ਉੱਤੇ ਉਹ ਪੁਲ ਜਿਹੜਾ ਚੱਲਦਾ ਹੋਰ ਬ੍ਰਿਜ ਇੱਕ ਪਾਸੇ ਤਰਨ ਤਾਰਨ ਨੂੰ ਨਿਕਲ ਜਾਂਦਾ ਅਸੀਂ ਗਾਣੇ ਪਾਸੇ ਉਹ ਪਿੱਛੇ ਬਾਬਿਆਂ ਨੇ ਬਣਾਈ ਆ ਉਹ ਬਹਿ ਕੇ ਕਿਸੇ ਨੇ ਕੌਫੀ ਕਾਫੀ ਪੀਣੀ ਹੋਵੇ ਤਾਂ ਉਹਦੇ ਲਈ ਹਾਂਜੀ ਨਹਿਰ ਦੇ ਕੰਢੇ ਉੱਤੇ ਨੇਚਰ ਦਾ ਆਨੰਦ ਮਾਣਨ ਲਈ ਨਾ ਆ ਟੇਬਲ ਲਾਏ ਆ ਬਹੁਤ ਸੋਹਣੇ ਇਹਨਾਂ ਦੇ ਉੱਤੇ ਨਾ ਪੂਰੀਆਂ ਛਤਰੀਆਂ ਵੀ ਹੈਗੀਆਂ ਸੀ ਪਰ ਹੁਣ ਕਿਉਂਕਿ ਹਨੇਰੀ ਹਨੂਰੀ ਨੇ ਇਹਨਾਂ ਦਾ ਨੁਕਸਾਨ ਕਰਤਾ ਅਤੇ ਉਹਨਾਂ ਨੇ ਫਿਰ ਲਾ ਕੇ ਰੱਖਤੀਆਂ ਵਾ ਨਹੀਂ ਤਾਂ ਆਹ ਵੇਖੋ ਬੈਠ ਕੇ ਬਹੁਤ ਵਧੀਆ ਬਹਿ ਕੇ ਆਹ ਆਨੰਦ ਮਾਣ ਸਕਦੇ ਤੁਸੀਂ ਨਹਿਰ 'ਤੇ ਆਹ ਕੰਢੇ 'ਤੇ ਆਹ ਨਾਲ ਨਹਿਰ ਵਗਦੀ ਆ ਲਗਭਗ 4-5 ਫੁੱਟ ਇਹਨਾਂ ਨੇ ਨਹਿਰ ਦੇ ਅੰਦਰ ਤੱਕ ਆ ਥੜਾ ਲਿਆਂਦਾ ਹੋਇਆ ਵਾ ਲੈਂਟਰ ਪਾ ਕੇ ਨਾ ਅਤੇ ਆਹ ਪੂਰਾ ਨਜ਼ਾਰਾ ਨਹਿਰ ਆ ਨਹਿਰ ਦੇ ਉੱਪਰਲੇ ਪਾਸੇ ਵੀ ਉਹ ਜੰਗਲ ਹੀ ਆ ਪੂਰਾ ਹਾਂਜੀ ਅਤੇ ਇੱਧਰਲੇ ਪਾਸੇ ਆਹ ਜਿਹੜੀ ਆ ਚੱਲਦਾ ਵਾ ਪੁਲ ਨਾਲ ਨਾਲ ਪੈਰਲਰ 'ਚ ਆਹ ਜਿਹੜੀ ਆ ਸਿੱਧੀ ਜਿਹੜੀ ਆ ਸੁਲਤਾਨਵਿੰਡ ਤੱਕਰ ਇਹਨਾਂ ਨੇ ਬਣਾਈ ਆ ਟ੍ਰੇਲ ਦੋਵੇਂ ਪਾਸੇ ਦਰਖਤ ਆ ਬਹੁਤ ਸੋਹਣੇ ਅਤੇ ਰਾਤ ਦੇ ਟਾਈਮ ਵੇਖੋ ਕਿੰਨਾ ਸੋਹਣਾ ਨਜ਼ਾਰਾ ਅਤੇ ਮਤਲਬ ਰਾਤ ਤੁਸੀਂ ਸਮਝ ਲਓ ਜਿਹੜੇ ਮਰਜ਼ੀ ਟਾਈਮ ਆ ਕੇ ਸੈਰ ਕਰ ਸਕਦੇ ਹੋ ਅਤੇ ਦਿਨੇ ਤਾਂ ਮਹਾਰਾਜ ਚੱਲਦਾ ਰਹਿੰਦਾ ਵੀ ਰਾਤ ਨੂੰ ਵੀ ਤੁਸੀਂ ਬੜੇ ਆਨੰਦ ਨਾਲ ਤੁਸੀਂ ਸੈਰ ਕਰ ਸਕਦੇ ਹੋ ਥੱਕ ਜਾਵੇ ਸਾਹ ਲੈਣ ਲਈ ਇਤਰਾ ਲਾਏ ਆ ਹਾਂਜੀ ਮੇਜ਼ ਬਣਾ ਕੇ ਅਤੇ ਇੱਧਰਲੇ ਫਿਰ ਨਹਿਰ ਦੇ ਕੰਢੇ 'ਤੇ ਵੀ ਬਣਾਏ ਆ ਥਾਂ ਥਾਂ 'ਤੇ ਇਹਨਾਂ ਨੇ ਫੈਸਿਲਿਟੀ ਰੱਖੀ ਆ ਵੀ ਬੰਦਾ ਜੇ ਕੋਈ ਮਾੜਾ ਜਿਹੜਾ ਵਾ ਉਹ ਥੱਕ ਵੀ ਜਾਵੇ ਅਤੇ ਉਹਨੂੰ ਬਹਿ ਕੇ ਸਾਹ ਲੈ ਲਵੇ ਐਕਸਰਸਾਈਜ਼ ਕਰ ਲਵੇ ਹਾਂਜੀ ਬਹੁਤ ਵਧੀਆ ਇਹਨਾਂ ਨੇ ਰੱਖਿਆ ਪ੍ਰਬੰਧ ਅਤੇ ਕੂੜੇਦਾਨ ਵੀ ਥਾਂ ਥਾਂ 'ਤੇ ਲੱਗੇ ਹੋਏ ਆ ਹਾਂਜੀ
ਤੇ ਲਾ ਕੇ ਤੇ ਵੀ ਦੇਖੋ ਕੂੜਾ ਕਾੜਾ ਕਿਸੇ ਨੇ ਸੁੱਟਣਾ ਵਾ ਕੋਈ ਐਵੇਂ ਨਾ ਖਿਲਾਰੀ ਜਾਓ ਤੋ ਉਹਨਾਂ 'ਚ ਬਿੰਨ 'ਚ ਪਾਓ ਹਾਂਜੀ ਜਤਿੰਦਰ ਸਿੰਘ ਜੀ ਕੀ ਹਾਲ ਚਾਲ ਜੇ ਵਧੀਆ ਫਿਲਮਾਂ ਬਣਾਈਆਂ ਤੁਸੀਂ ਉਹ ਆ ਬਾਹੇ ਦੇ ਬਾਰੇ ਜੀ ਵੀ ਜਿਹੜੀ ਆ ਸੈਰਗਾਹ ਬਣੀ ਆ ਬਾਬਿਆਂ ਨੇ ਬਣਾਈ ਆ ਹਾਂਜੀ ਹਾਂਜੀ ਇਹਦੇ ਬਾਰੇ ਅਸੀਂ ਚਾਹੁੰਦੇ ਹਾਂ ਸਾਰੀ ਕਲੈਕਸ਼ਨ ਕਰਕੇ ਜਿਹੜੀ ਉਹ ਪਾਈਏ ਕੀ ਬਾਤ ਆ ਬੜਾ ਵਧੀਆ ਉਪਰਾਲਾ ਕੀਤਾ ਇਹ ਤੇ ਬਾਕੀ ਬਾਬਾ ਕਸ਼ਮੀਰ ਸਿੰਘ ਹੋਣਾ ਨੇ ਇੱਥੇ ਜੰਗਲ 'ਚ ਮੰਗਲ ਲਾਇਆ ਤੁਸੀਂ ਦੇਖੋ ਕਿੱਥੋਂ ਕਿੱਥੋਂ ਲੋਕ ਆ ਰਹੇ ਨੇ ਅੱਗੇ ਇੱਧਰ ਕੋਈ 8 ਵਜੇ ਤੁਸੀਂ ਆਉਂਦਾ ਹੁੰਦਾ ਹੁਣ 10 ਵਜੇ ਵੀ ਤੁਸੀਂ ਦੇਖ ਸਕਦੇ ਹੋ ਕਿ ਚਹਿਲ ਪਹਿਲ ਹੈਗੀ ਆ ਕੋਈ ਡਰ ਨਹੀਂ ਕੋਈ ਲੈਣ ਨਹੀਂ ਦੇਣ ਨਹੀਂ ਸਕਿਉਰਟੀ ਗਾਰਡ ਬੈਠੇ ਨੇ ਤੇ ਮਤਲਬ ਲੋਕੀ ਬਾਹਰੋਂ ਇੱਧਰਲੇ ਪਾਸੇ ਆ ਰਹੇ ਨੇ ਵਧੀਆ ਗੱਲ ਆਪਣੇ ਆਪ ਦੇ ਵਿੱਚ ਉਹ ਪੋਜ਼ਿਟਿਵਿਟੀ ਇੱਕ ਪੋਜ਼ਿਟਿਵਿਟੀ ਇੱਕ ਤਾਂ ਮਿਲਦੀ ਨਾ ਪੋਜ਼ਿਟਿਵਿਟੀ ਜਿਹੜੀ ਅਸੀਂ ਲੈਂਦੇ ਹਾਂ ਇੱਕ ਇਹ ਪੋਜ਼ਿਟਿਵਿਟੀ ਮਿਲਦੀ ਹੈ ਕਿ ਇੱਥੇ ਹਾਂ ਦੂਰੋਂ ਲੋਕ ਇੱਧਰ ਆ ਰਹੇ ਨੇ ਉਹ ਆਪਣੇ ਆਪ 'ਚ ਵੱਡੀ ਗੱਲ ਆ ਬਾਕੀ ਮਜ਼ਾ ਆਉਂਦਾ ਜੀ ਡੇਲੀ ਇੱਥੇ ਆਈਦਾ ਵਾ ਇੱਕ ਲਾਈਫ ਸਟਾਈਲ ਚੇਂਜ ਹੋ ਗਿਆ ਸਾਡਾ ਅਤੇ ਇੱਕ ਇੱਧਰਲਾ ਪਾਸਾ ਵਾ ਜਿਹੜਾ ਨਾਲ ਦੇ ਨਾਲ ਸੜਕ ਵਗ ਰਹੀ ਹੈ ਬੜਾ ਵਧੀਆ ਲੋਕ ਆ ਜਾ ਰਹੇ ਨੇ ਅਤੇ ਤੁਸੀਂ ਵੇਖ ਰਹੇ ਹੋ ਨਾਲ ਇੱਧਰਲੇ ਪਾਸੇ ਪਾਣੀ ਹੈ ਹਰਿਆਵਲ ਆ ਕਿੰਨਾ ਸੋਹਣਾ ਡਿਵੈਲਪ ਹਰ ਚੀਜ਼ ਆ ਜਿਸ ਤਰ੍ਹਾਂ ਬਾਹਰ ਦੀ ਕੰਟਰੀਜ਼ ਦੇ ਵਿੱਚ ਹੁੰਦੀ ਆ ਤੁਸੀਂ ਲੰਡਨ ਜਾਂਦੇ ਜੇ ਇੱਧਰਲੇ ਪਾਸੇ ਇੱਧਰਲੇ ਪਾਸੇ ਵਧੀਆ ਨਾਲ ਦੇ ਨਾਲ ਘਰ ਆ ਅਤੇ ਲੋਕੀ ਇੰਜੋਏ ਕਰਦੇ ਆ ਘੁੰਮਦੇ ਫਿਰਦੇ ਨਾਲ ਬੱਚਿਆਂ ਨੂੰ ਲੈ ਕੇ ਆਉਂਦੇ ਆ ਰੋਟੀ ਪਾਣੀ ਖਾਧੀ ਇੱਧਰ ਸੈਰ ਕਰਨ ਆ ਗਏ ਵਧੀਆ ਤੇ ਤੁਹਾਨੂੰ ਲੱਗਦਾ ਇੱਥੇ ਕੋਈ ਹੋਰ ਵੀ ਇਹੋ ਜਿਹੀ ਸੈਰਗਾਹ ਹੈਗੀ ਆ ਮੈਨੂੰ ਨਹੀਂ ਲੱਗਦਾ ਜੀ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸੈਰਗਾਹ ਹੋਵੇ ਕਿ ਇੱਕ ਇੱਕ ਪਾਸੇ ਰੋਡ ਹੋਵੇ ਔਰ ਇੱਕ ਪਾਸੇ ਪੂਰੇ ਤਰਨ ਤਾਰਨ ਰੋਡ ਤੋਂ ਲੈ ਕੇ ਸੁਲਤਾਨ ਬਿੰਦ ਰੋਡ ਤੱਕ ਇੰਨੀ ਲੰਬੀ ਸੈਰਗਾਹ ਕੋਈ ਬਣਾਈ ਹੋਵੇ ਕਿਸੇ ਨੇ ਕੋਈ ਇਹੋ ਜਿਹਾ ਉਦਮ ਅੱਜ ਤੱਕ ਕਿਸੇ ਨੇ ਕੀਤਾ ਨਾ ਕਿਸੇ ਮੰਤਰੀ ਨੇ ਏਜੰਸੀ ਨੇ ਕਿਸੇ ਅਫਸਰ ਨੇ ਕਿਸੇ ਪੇਪਰਾਂ ਦੇ ਵਿੱਚ ਸਾਈਨ ਤੱਕ ਵੀ ਨਹੀਂ ਕੀਤਾ ਝੂਠੇ ਬੰਦਾ ਸਾਈਨ ਕਰਦੇ ਕਿ ਅਸੀਂ ਸੈਰਗਾਹ ਬਣਾਉਣੀ ਜੀ ਸਾਨੂੰ ਉੱਥੇ ਆਰਡਰ ਦੇ ਦਿਓ ਅਤੇ ਇਹ ਜਿਹੜਾ ਉਪਰਾਲਾ ਕੀਤਾ ਨਾ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਨੇ ਮੈਂ ਕਹਿੰਦਾ 100 ਵਾਰ ਸਲੂਟ ਵੀ ਕੀਤੇ ਜਾਂਦਾ ਉਹ ਵੀ ਘੱਟ ਨੇ ਬਾਬਾ ਨੇ ਇੱਕ ਲੰਗਰ ਹੀ ਲਾਇਆ ਬਿਲਕੁਲ ਯਾਰ ਮਤਲਬ ਜੇ ਇਹੋ ਜਿਹਾ ਲੰਗਰ ਆ ਤਾਂ ਮੈਂ ਇਹੋ ਜਿਹੇ ਲੰਗਰ ਨੂੰ ਮੈਂ 100 ਵਾਰੀ ਪ੍ਰਣਾਮ ਕਰਦਾ ਉਹਨਾਂ ਦੇ ਚਰਨਾਂ ਦੇ ਵਿੱਚ ਮੈਂ ਕਹਿੰਦਾ ਮੇਰੇ ਕੋਲ ਲਫ਼ਜ਼ ਹੀ ਨਹੀਂ ਗਏ ਅਸੀਂ ਕਿਸੇ ਜ਼ਿੰਦਗੀ 'ਚ ਨਹੀਂ ਸੀ ਸੋਚਿਆ ਵੀ ਇਸ ਪਾਸੇ ਇੱਧਰਲੇ ਪਾਸੇ ਜਗ੍ਹਾ 'ਤੇ ਇੰਨੀ ਵੈਲਿਊ ਵੱਧੇਗੀ ਆਹ ਤਾਂ ਸਾਇਦ ਤਾਂ ਬਣਾ ਕੇ ਮਿਸਾਲ ਕਾਇਮ ਕਰਦਾ ਨਹਿਰ ਤੋਂ ਉੱਧਰਲੇ ਪਾਸੇ ਜੇਕਰ ਨਜ਼ਰ ਮਾਰੋ ਨਾ ਤੁਸੀਂ ਉੱਧਰ ਘਣਾ ਜੰਗਲ ਦਾ ਪੂਰਾ ਪਤਾ ਨਹੀਂ ਕਿਹੜੇ ਕਿਹੜੇ ਤਰ੍ਹਾਂ ਦੇ ਜਾਨਵਰ ਹੋਣੇ ਉੱਧਰਲੇ ਪਾਸੇ ਇਹੋ ਜਿਹੀ ਸਫਾਈ ਕਰਦੀ ਹੈ ਤੁਸੀਂ ਸੋਚ ਨਹੀਂ ਸਕਦੇ ਹਨਾ ਤੁਸੀਂ ਤਾਂ ਬਣਾ ਹੀ ਰਹੇ ਹੋ ਸਰ ਜੀ ਤੁਸੀਂ ਉੱਧਰ ਵੀ ਤੁਸੀਂ ਲੈ ਕੇ ਜਾਣਾ ਕਿਸ ਦਿਨ ਬਣਾ ਕੇ ਲਿਆਓ ਵੀਡੀਓ ਉੱਧਰਲੇ ਪਾਸੇ ਸਫਾਈ ਸ਼ੁਰੂ ਕਰਤੀ ਸਫਾਈ ਅਭਿਆਨ ਜਿਹੜਾ ਇਹਨਾਂ ਨੇ ਸ਼ੁਰੂ ਕਰਤਾ ਇਹ ਕੰਮ ਮੰਤਰੀਆਂ ਦਾ ਸਰਕਾਰਾਂ ਦਾ ਜਿਹੜੇ ਕੰਮ ਇਹ ਕਰ ਰਹੇ ਨੇ ਔਰ ਇਥੇ ਨਹਾਉਣ ਨੂੰ ਦਿਲ ਕਰਦਾ ਵਾ ਪੂਲ ਵੀ ਇੰਨਾ ਸਾਫ਼ ਨਹੀਂ ਹੁੰਦਾ ਜਿੰਨੀ ਸਾਫ਼ ਨਹਿਰ ਆ ਪਰ ਅੰਕਲ ਦਰਦ ਪਤਾ ਕਦੋਂ ਹੁੰਦਾ ਦੁੱਖ ਕਦੋਂ ਹੁੰਦਾ ਜਦੋਂ ਲੋਕ ਆ ਨਾ ਟੂਣੇ ਟਪੱਕੇ ਕਰਕੇ ਆਪਣੇ ਸਮੱਗਰੀਆਂ ਜਿਹੜੀਆਂ ਨਹਿਰ 'ਚ ਸੁੱਟ ਜਾਂਦੇ ਜਿਹੜੇ ਵਾਤਾਵਰਨ ਲਵਰ ਨੇ ਨਾ ਜਿਹੜੇ ਨੇਚਰ ਲਵਰ ਨੇ ਉਹਨਾਂ ਕੋਲ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ ਹੁਣ ਬਾਬਾ ਜੀ ਨੇਚਰ ਲਵਰ ਆ ਜਦੋਂ ਤੱਕ ਮੈਨੂੰ ਹੁੰਦਾ ਆ ਕਿਉਂਕਿ ਮੈਂ ਹਾਲੇ ਬਹੁਤਾ ਉਹਨਾਂ ਨਾਲ ਵਿਚਰਿਆ ਨਹੀਂ ਆ ਮੈਨੂੰ ਉਹਨਾਂ ਦੀ ਸੰਗਤ ਕਰਨਾ ਜਿੱਦਣ ਮੌਕਾ ਮਿਲਿਆ ਨਾ ਤੇ ਮਤਲਬ ਮੈਂ ਤਾਂ ਇੱਕੋ ਗੱਲ ਕਹਾਂਗਾ ਸੰਗਤ ਨੂੰ ਵੀ ਉਹਨਾਂ ਦੇ ਨਾਲ ਵੀ ਜਿਹੜੀ ਹੋਏਗੀ ਜਿਹੜਾ ਇਹ ਉੱਦਮ ਕਰ ਰਹੇ ਨੇ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਨੇਚਰ ਲਵਰ ਇਸ ਤੋਂ ਉੱਪਰ ਉਪਰਾਲਾ ਕੋਈ ਹੋ ਹੀ ਨਹੀਂ ਸਕਦਾ ਨੇਚਰ ਲਵਰ ਸਭ ਤੋਂ ਵਧੀਆ ਇਨਸਾਨ ਅੱਜ ਦੀ ਡੇਟ ਦੇ ਵਿੱਚ ਜਿੱਥੇ ਲੋਕ ਵਾਤਾਵਰਨ ਨੂੰ ਦੂਸ਼ਿਤ ਕਰ ਰਹੇ ਨੇ ਇੱਕ ਪਾਸੇ ਇਹ ਆਪਣਾ ਕੰਮ ਕਰਕੇ ਮਨੁੱਖਤਾ ਦੀ ਸੇਵਾ ਕਰ ਰਹੇ ਆ ਬਹੁਤ ਵਧੀਆ ਜੀ ਮਹਾਰਾਜ ਚੜ੍ਹਦੀ ਕਲਾ ਦੱਸਦਾ ਜੀ ਪੂਰਾ ਆਕਸੀਜਨ ਦਾ ਲੰਗਰ ਲਾਇਆ ਆ ਇੱਕ ਇਹ ਜਗ੍ਹਾ 'ਤੇ ਆ ਇੱਕ ਇਹਨਾਂ ਨੇ ਬਾਬਾ ਜਿਹੜੇ ਭਾਈ ਮਾਨ ਜੀ ਦੇ ਉਹਨਾਂ ਦੇ ਗੁਰਦੁਆਰੇ ਦੇ ਲਾਗੇ ਵੀ ਇੱਕ ਪਾਰਕ ਬਣਾਇਆ ਮੇਰੇ ਖਿਆਲ ਉਹ ਪਾਰਕ ਵੀ ਬਹੁਤ ਵਧੀਆ ਵਾ ਅੰਮ੍ਰਿਤਸਰ ਦਾ ਬਿਹਤਰੀਨ ਪਾਰਕ ਆ ਉਹ 'ਚ ਵੰਨ ਸੁਵੰਨੇ ਇਹਨਾਂ ਨੇ ਪੌਦੇ ਲਾਏ ਆ ਹਾਂਜੀ ਆਹ ਜਿਹੜਾ ਨਹਿਰ ਦੇ ਕੰਢੇ 'ਤੇ ਲਾਇਆ ਨਾ ਇਹਨਾਂ ਨੇ ਆ ਚੀਜ਼ ਇਹ ਕਿਤੇ ਬਾਹਰ ਇੰਗਲੈਂਡ ਗਏ ਸੀ ਬਾਬਾ ਜੀ ਉੱਥੇ ਵੇਖ ਕੇ ਆਏ ਸੀ ਅਤੇ ਇਹਨਾਂ ਨੇ ਵੇਖ ਲਓ ਇੱਥੇ ਆ ਕੇ ਬਣਾ ਦਿੱਤਾ ਹੈਂ ਪਰ ਮੈਨੂੰ ਨਹੀਂ ਲੱਗਦਾ ਸਾਡੇ ਲੀਡਰ ਜਾਂਦੇ ਵੀ ਰਹਿੰਦੇ ਬਾਹਰ ਵੇਖਦੇ ਵੀ ਸਾਰਾ ਕੁਝ ਪਰ ਸਿੱਖ ਕੇ ਕੁਛ ਨਹੀਂ ਆਉਂਦੇ ਹੈਂ ਸਵਾਏ ਜਹਾਜ਼ ਦੇ ਝੂਟੇ ਲੈਣ ਤੋਂ ਪਰ ਬਾਬਾ ਜੀ ਗਏ ਜਾ ਕੇ ਉਹਨਾਂ ਨੇ ਵੇਖਿਆ
उन्होंने फिर उन्होंने प्रैक्टिकल जरा वो इतने किया। तो आखो जग लगा पाया बी आप कहने भी पर चलो बाबे ने तो सियासत नहीं आना यहोजन मुख्यमंत्री बनाया हो तो मेरा ख्याल कई कुछ कर सकते ठीक ने। चलो महाराज दया रखे साढ़े जोड़े है लीडर उन्होंने समत बख्शे कोई चंगी चीज़ कर ठीक ने गलों तो अलावा कम कर कोशिश कर महाराज दया करे। बाबा कश्मीरा सिंह वालों बनाई हुई सैरगाह के जोड़े व्यूज आ जोड़े मैं कट्ठे करके नाल पा रहा तुम देखो ना इतने दे। गर्मी फुहारा भी चलता रात के टाइम ऐसा सैरगाह बहुत वधिया जी ये नाल सैरगाह है कि नहीं अमृतसर नहीं गई बनाई कि ने बाबा कश्मीर सिंह राणा बनाई बड़ी सेवा की पहला इतने कहो जहा ही जी पहला तो उजाड़ सी तेरे को जंगल राज सी हूँ तो क्या बात है शहर के बच्चे नाल की जगह कितने और नहीं किन्ने चेर तो करन दे होने इतने सैर इतने हो ही गए तीसरा साल हो गया जी किन्ने क लोग इतने आते अंदाजा बहुत रश रहा सवेरे तो बहुत वधिया गर्मियों के सर्दियों के टावा टावा होंगे सर्दियों टावा टावा गर्मियों रश हाँ गर्मी रश हूँ चलो वधिया वधिया जी चलो करो सैर जी है लो आनंद इलाका एक बलिष्ठ इलाका तो वधिया इलाका संत बाबा भूरी जी वालों बनाया गया है जिहड़ा कि बिल्कुल नहर के किनारे ते स्थित है और सवेर के 4 बजे तो लैके रात के 10 बजे तो बाद तक इत्थे संगतां सैर सपाटे लई आउंदियां ने। टाइम के भी ना कुछ दृश्य मैं जोड़े ना नाल वीडियो दे शामिल कर रहा तो देखने क्यों का लगता दिन के टाइम वो सारे मैं दृश्य जोड़े नाल शामिल करूँगा। बड़ी वाहगुरु की कृपा दे नाल सेवा लाई आ बाबा कश्मीर सिंह जी होना भूरी वालिया की वाहगुरु ने तो उन्होंने सैरगाह नहर के नाल नाल बनाई आ और जी सौगात आ अमृतसर वासियों बहुत वड्डी सौगात आ बाबा जी के हिम्मत सदका इन लोगों की सेवा के सदका ये बनी आ और ये जड़ी जगह आ ये बड़ी कई चिर आप अजे तक अनगोली रही है लोगों अमृतसर शहर के एक स्वर्ग के रूप के जाने जाता है कुदरत का नज़ारा इतने बहुत ज़्यादा आ नाल नहर वगदी आ जिदा आप बहरले देशों के नहर के जाके सैर कर जाने लखों करोड़ों रुपये खर्च के ये भी समझ लो उस रूप का एक रूप आ और बाबा जी ने बड़ी बहुत शानदार सेवा कराई आ टैल लवाइया ने बहन वास्ते कुर्सियां लाइया ने दरख्तों की बहुत चंगी नस्लों के दरख्त लाए ने और दरख्तों की बहुत साफ संभाल करते हैं लाइटा लाइया ने पूरी सिक्योरिटी हैगी पूरी साफ सफाई आ
वीडियो के अंत च ना मैं संत बाबा कश्मीरा सिंह जी का दिल दी गहराइया का धन्यवाद करांगा जिन्होंने ऑक्सीजन का लंगर ला के ना जिन्हें भी साढ़े इतों के इलाका निवासी आता जरा मनुखता की जड़ी ना बहुत वो सेवा की आ महाराज इन्होंने चाहती गलों रखे तो ही मैं चाहूँगा जोड़े साढ़े वीर आ वो भी इस गल का ध्यान रखन भी इतने साफ सफाई जो कराने डे तो आप साफ रखना तो मेनटेन करते रहना वा तो बाकी वीडियो कैसी लगी जरूर दस्यो तो गांव भी पाते रहेंगे तो साथ दो जी।